ਵਾਲੀ ਹਾਜ਼ਰ ਰਹਿੰਦਾ ਹੈ ਪਰ ਅਸੀਂ ਸਟੇਜੇ ਤੌਰ ਤੇ ਜਿਹੜੇ ਬੇਗੋਵਾਲ ਦਾ ਸਟਾਫ ਜਿਹੜੇ ਹਸਪੀਟਲ ਜਿੰਨੇ ਵੀ ਡਾਕਟਰ ਜਿੰਨੇ ਵੀ ਸਬਾਨ ਜਿੰਨੇ ਵੀ ਨਰਸਾਂ ਜੋਨੇ ਮੈਂ ਕੰਮ ਕੀਤਾ ਹੈ ਜਿੰਨੇ ਵੀ ਮੁਲਾਜ਼ਮ ਨੇ ਸਾਡੇ ਬੇਗੋਵਾਲ ਪਿੰਡ ਵਿੱਚ ਜਾਂਦੇ ਸੀ ਤੇ ਸਾਰੇ ਅੰਦਰ ਹੀ ਵੜ ਜਾਂਦੇ ਸੀ ਫਿਰ ਵੀ ਡਾਕਟਰਾਂ ਦੀ ਬਹੁਤ ਬਹਾਦਰੀ ਹੈ ਜਿਨ੍ਹਾਂ ਨੇ ਆਪਣੀ ਕਿੱਟ ਪਾ ਕੇ ਸਾਰਿਆਂ ਦਾ ਬਹੁਤ ਲਾਈ ਅਜੇ ਜਿਹੜਾ ਅਗਸਤ ਮਹੀਨਾ ਪੂਰਨ ਹੈ 2 ਮਹੀਨੇ ਹੋਏ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਅਸੀਂ 40 ਕੁ ਪ੍ਰੋਜੈਕਟ ਲਾ ਚੁੱਕੇ ਹਾਂ ਆਉਣ ਵਾਲੇ ਸਮੇਂ 'ਚ ਜੇ 5 ਤਰੀਕ ਆਪਾਂ ਟੀਚਰ ਦਿਨ ਮਨਾਉਣ ਜਾ ਰਹੇ ਹਾਂ ਉਸ ਦਿਨ ਉਹ ਹਨ ਧੰਨਵਾਦ ਕਰਦਾ ਹਾਂ ਅਤੇ ਅੱਗੋਂ ਵੀ ਇਹਨਾਂ ਨੂੰ ਇਹ ਕਹਿੰਦਾ ਅੱਗੋਂ ਇਹਨਾਂ ਦਾ ਆਪਾਂ ਸਾਥ ਦੇਵਾਂਗੇ ਸਾਡੇ ਬੇਗੋਵਾਲ 'ਚ ਲਾਇਨਸ ਕਲੱਬ ਰਾਇਲ ਬੰਦਗੀ ਗੋਲਡ ਸਟਾਰ ਨੇ ਕਰੋਨਾ ਯੋਧਿਆਂ ਦਾ ਕੀਤਾ ਮਾਨ ਸਨਮਾਨ ਅੱਜ ਬੇਗੋਵਾਲ 'ਚ ਆਪਣੇ ਸਮਾਜ ਸੇਵੀ ਕੰਮਾਂ ਕਰਕੇ ਅਹਿਮ ਪਛਾਣ ਬਣਾ ਚੁੱਕੇ ਲਾਇਨਸ ਕਲੱਬ ਬੇਗੋਵਾਲ ਰਾਇਲ ਬੰਦਗੀ 321 ਡੀ ਗੋਲਡ ਸਟਾਰ ਨੇ ਜ਼ਿਲ੍ਹਾ ਚੇਅਰਮੈਨ ਫੂਡ ਰਾਸ਼ਨ ਰਸਪਾਲ ਸਿੰਘ ਬੱਚਾਜੀਵੀ ਅਤੇ ਪ੍ਰਧਾਨ ਹਰਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਸਿਵਲ ਹਸਪਤਾਲ ਬੇਗੋਵਾਲ 'ਚ ਸੇਵਾਵਾਂ ਦੇ ਰਹੇ ਕਰੋਨਾ ਯੋਧਿਆਂ ਦਾ ਮਾਨ ਸਨਮਾਨ ਕੀਤਾ ਗਿਆ ਇਸ ਦੌਰਾਨ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਲਾਇਨ ਜੇਬੀ ਸਿੰਘ ਚੌਧਰੀ ਮਲਟੀਪਲ ਕਾਉਂਸਲਰ ਚੇਅਰਮੈਨ ਤੇ ਮੇਜ਼ਬਾਨੀ ਕਰਦੇ ਜ਼ਿਲ੍ਹਾ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਪ੍ਰਧਾਨ ਹਰਵਿੰਦਰ ਸਿੰਘ ਜੈਦ ਨੇ ਆਖਿਆ ਕਿ ਸਿਹਤ ਵਿਭਾਗ ਦੇ ਇਨ੍ਹਾਂ ਕਰੋਨਾ ਯੋਧਿਆਂ ਨੇ ਕਰੋਨਾ ਕਾਲ ਦੌਰਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ ਹੈ ਤੇ ਕਰੋਨਾ ਦੀ ਚੇਨ ਤੋੜਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਨ੍ਹਾਂ ਕਰੋਨਾ ਯੋਧਿਆਂ ਦਾ ਮਾਨ ਸਨਮਾਨ ਕੀਤਾ ਜਾਵੇ ਇਸ ਮੌਕੇ SMO ਬੇਗੋਵਾਲ ਕਿਰਨਪ੍ਰੀਤ ਕੌਰ ਸੇਖੋਂ ਦੀ ਅਗਵਾਈ ਵਾਲੀ ਸਿਹਤ ਵਿਭਾਗ ਦੀ ਸਾਰੀ ਟੀਮ ਦਾ ਮਾਨ ਸਨਮਾਨ ਕੀਤਾ ਗਿਆ ਇਸ ਦੌਰਾਨ ਸਨਮਾਨ ਮਿਲਣ ਤੇ ਸਿਹਤ ਵਿਭਾਗ ਦੀ ਟੀਮ ਨੇ ਲਾਇਨਸ ਕਲੱਬ ਬੇਗੋਵਾਲ ਰਾਇਲ ਬੰਦਗੀ ਦਾ ਧੰਨਵਾਦ ਵੀ ਕੀਤਾ ਮੰਚ ਦਾ ਸੰਚਾਲਨ ਸੁਖਦੇਵ ਰਾਜ ਜੰਗੀ ਨੇ ਕੀਤਾ ਇਸ ਮੌਕੇ ਕਲੱਬ ਦੇ ਮੈਂਬਰ ਪ੍ਰਧਾਨ ਹਰਵਿੰਦਰ ਸਿੰਘ ਜੈਦ ਸੈਕਟਰੀ ਹਰਮਿੰਦਰ ਸਿੰਘ ਲਾਂਬਾ ਕੈਸ਼ੀਅਰ ਸੁਖਦੇਵ ਰਾਜ ਅਰੋੜਾ ਸਤਪਾਲ ਸਿੰਘ ਸਰਪੰਚ ਜੱਬੋਵਾਲ ਰਾਜ ਬਹਾਦਰ ਸਿੰਘ ਭੁੰਮਣ ਸਿੰਘ ਸੰਜੀਵ ਕੁਮਾਰ ਆਨੰਦ ਪ੍ਰਦੀਪ ਕੁਮਾਰ ਦਿਲਾਵਰੀ ਅਤੇ ਹਰਦੀਪ ਸਿੰਘ ਅਮਰੀਕ ਸਿੰਘ ਕਮਲਜੀਤ ਸਿੰਘ ਰਵਿੰਦਰ ਸਿੰਘ ਰਵੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ ਜਿਹੜਾ ਅੱਜ ਤਾਂ ਅਸੀਂ ਪ੍ਰੋਜੈਕਟ ਰਹਿ ਜੀ ਲਾਇਨਸ ਕਲੱਬ ਰਾਇਲ ਬੰਦਗੀ ਗੋਲਡ ਸਟਾਰ ਵੱਲੋਂ ਜਿਹੜੇ ਡਾਕਟਰਾਂ ਨੇ ਆਪਣੀ ਜਿੰਦ ਜਾਨ ਵਾਰ ਕੇ ਕਰੋਨਾ ਮਹਾਂਮਾਰੀ 'ਚ ਡਾਕਟਰਾਂ ਕੰਮ ਕੀਤਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸ਼ੇਖਵਾਂ ਨੇ ਇੰਨੀ ਵੱਡੀ ਮਿਹਨਤ ਕੀਤੀ ਹੈ ਕਿ ਪਿੰਡ ਪਿੰਡ ਜਾ ਕੇ ਜਦੋਂ ਕੋਈ ਟੀਕਾ ਨਹੀਂ ਲਵਾਉਂਦਾ ਤਾਂ ਬਹੁਤ ਮਿਹਨਤ ਕਰਕੇ ਇਲਾਕੇ ਨੂੰ ਬਚਾ ਕੇ ਰੱਖਿਆ ਬਾਕੀ ਹੋਸਪਿਟਲ ਦਿਨ ਰਾਤ ਉਹਨਾਂ ਇੱਕ ਕੰਮ ਕਰ ਰੱਖਿਆ ਬਾਕੀ ਸਾਡੇ ਕਲੱਬ ਨੇ ਬਹੁਤ ਵੱਡਾ ਹੋਸਪਿਟਲ ਡਾਕਟਰ ਸਰਕਾਰੀ ਹੋਸਪਿਟਲ ਬੇਗੋਵਾਲ ਨੂੰ ਬਹੁਤ ਵੱਡਾ ਸਾਥ ਦਿੱਤਾ ਹੈ 25 ਪ੍ਰੋਜੈਕਟ ਸਾਡੇ ਕਲੱਬ ਵੱਲੋਂ ਕਰੋਨਾ ਟੀਕਿਆਂ ਦੇ ਲਾਏ ਗਏ ਨੇ ਇਹ ਵੀ ਇੱਕ ਰਿਕਾਰਡ ਹੈਗਾ ਔਰ ਸਾਡਾ ਜਿਹੜਾ ਕਲੱਬ ਹੈ ਹਰ ਵੇਲੇ ਸੇਵਾ ਲਈ ਹਾਜ਼ਰ ਰਹਿੰਦਾ ਪਰ ਅਸੀਂ ਸਟੇਜੇ ਤੌਰ 'ਤੇ ਜਿਹੜੇ ਬੇਗੋਵਾਲ ਦਾ ਸਟਾਫ ਜਿਹੜੇ ਹੋਸਪਿਟਲ ਜਿੰਨੇ ਵੀ ਡਾਕਟਰ ਜਿੰਨੇ ਵੀ ਸਬਾਨ ਜਿੰਨੇ ਵੀ ਨਰਸਾਂ ਜੋਨੇ ਮੈਂ ਕੰਮ ਕੀਤਾ ਜਿੰਨੇ ਵੀ ਮੁਲਾਜ਼ਮ ਨੇ ਸਾਡੇ ਬੇਗੋਵਾਲ ਏਰੀਏ ਨੂੰ ਉਹਨਾਂ ਬਚਾ ਕੇ ਰੱਖਿਆ ਮੈਂ ਜੇ ਕਹਿ ਸਕਾਂ ਕਿ ਸਾਰੇ ਪੰਜਾਬ ਵਿੱਚੋਂ ਬੇਗੋਵਾਲ 'ਚ ਕਰੋਨੇ ਦੇ ਕੇਸ ਘੱਟ ਆਏ ਨੇ ਉਹ ਤਾਂ ਆਏ ਨੇ ਕਿ ਸਾਡੇ ਜਿਹੜੇ ਹੋਸਪਿਟਲ ਵਾਲੇ ਸਾਡੇ ਮੁਲਾਜ਼ਮਾਂ ਨੇ ਸਾਡੇ ਡਾਕਟਰ SMO ਸਾਹਿਬ ਨੇ ਇੰਨੀ ਮਿਹਨਤ ਕੀਤੀ ਅਤੇ ਸਾਡੇ ਕਲੱਬ ਨੇ ਵੀ ਇੰਨਾ ਸਹਿਯੋਗ ਦਿੱਤਾ ਅਤੇ ਉਹਦੇ ਕਰਕੇ ਸਾਰਾ ਬਹੁਤ ਵੱਡਾ ਬਚਾਅ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਡਾਕਟਰਾਂ ਸਾਰਿਆਂ ਸਾਡੀ ਟੀਮ ਨੇ ਜਿਹੜੀ ਹੈਗੀ ਸਾਰਿਆਂ ਨੇ ਆਪਣੀ ਜਾਨ 'ਤੇ ਖੇਡ ਗਏ ਜੈਸੇ ਵੀ ਕੀਤਾ ਜਿਹਦੇ ਵੀ ਟੈਸਟ ਕਰਾਏ ਨੇ ਸਾਰੇ ਵਿਚਾਰਿਆਂ ਨੇ ਬਹੁਤ ਕੰਮ ਕੀਤਾ ਆਪਣੀ ਜ਼ਿੰਦਗੀ ਦਾ ਖਿਆਲ ਨਹੀਂ ਰੱਖਿਆ ਲੋਕਾਂ ਵਾਸਤੇ ਪਬਲਿਕ ਵਾਸਤੇ ਬਹੁਤ ਕੰਮ ਕੀਤਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀ ਗਹਿਰਾਈਆਂ ਤੋਂ ਸਾਡੇ ਕਲੱਬ ਵੱਲੋਂ ਉਹਨਾਂ ਦਾ ਧੰਨਵਾਦ ਹੈ
ਅਸੀਂ ਹਰ ਵੇਲੇ ਜਦੋਂ ਵੀ ਸਾਨੂੰ ਕੋਈ ਹੋਸਪਿਟਲ ਕੋਈ ਡਿਊਟੀ ਲਾਏਗਾ ਜਿੰਨੀ ਮਰਜ਼ੀ ਵੱਡੀ ਹੋਵੇ ਜੋ ਹੋਵੇ ਸਾਡਾ ਕਲੱਬ ਹਰ ਵੇਲੇ ਹਾਜ਼ਰ ਹੈ ਉਹਨਾਂ ਵਾਸਤੇ। ਕਲੱਬ ਵੱਲੋਂ ਹੋਰ ਕਿਹੜੇ ਕੰਮ ਜਿਹੜੇ ਆਉਂਦੇ ਦਿਨਾਂ 'ਚ ਕੀਤੇ ਜਾਣਗੇ? ਇੱਦਾਂ ਜੀ, ਕਲੱਬ ਵੱਲੋਂ 25 ਜਿਹੜੀਆਂ ਜਿੰਮ ਮਸ਼ੀਨਾਂ ਵੰਡੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਆਪਾਂ 13-14 ਵੰਡ ਚੁੱਕੇ ਹਾਂ, 10-12 ਮਹੀਨੇ 'ਚ ਵੰਡ ਦੇਣੀਆਂ ਨੇ। ਬਾਕੀ ਸਾਡੇ ਆਉਣ ਅਸੀਂ ਜਿਹੜੇ ਪਿਛਲੇ ਸਾਲ 140 ਤੋਂ ਉੱਪਰ ਪ੍ਰੋਜੈਕਟ ਲਾਏ ਨੇ, ਅਜੇ ਜਿਹੜਾ ਅਗਸਤ ਮਹੀਨਾ ਪੂਰਾ ਨੇ 2 ਮਹੀਨੇ ਹੋਏ ਨੇ, ਮੈਂ ਦਾਅਵੇ ਨਾਲ ਕਹਿ ਸਕਦਾ ਅਸੀਂ 40 ਪ੍ਰੋਜੈਕਟ ਲਾ ਚੁੱਕੇ ਹਾਂ। ਆਉਣ ਵਾਲੇ ਸਮੇਂ 'ਚ ਜਿਵੇਂ 5 ਤਰੀਕ ਆਪਾਂ ਟੀਚਰ ਦਿਨ ਮਨਾਉਣ ਜਾ ਰਹੇ ਹਾਂ, ਉੱਦਣ ਉਹ ਟੀਚਰਾਂ ਨੂੰ ਸਨਮਾਨਿਤ ਕੀਤਾ ਜਾਏਗਾ, ਇੱਕ ਲੋੜਵੰਦ ਸੱਜਣਾਂ ਨੂੰ, ਉੱਦਣ 50 ਬੰਦਿਆਂ ਨੂੰ ਰਾਸ਼ਨ ਵੀ ਦਿੱਤਾ ਜਾਏਗਾ। ਜਿਹੜੀਆਂ ਮਸ਼ੀਨਾਂ 22 ਮਸ਼ੀਨਾਂ ਜਿਹੜੇ ਗਰੀਬ ਜਾਂ ਲੋੜਵੰਦ ਜਾਂ ਵਿਧਵਾ ਜਿਹੜੇ ਉਸ ਚੀਜ਼ 'ਤੇ ਗੁਜ਼ਾਰਾ ਕਰ ਸਕਦੇ ਉਹ ਵੀ ਸਾਡੇ ਕਲੱਬ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਆਉਣ ਵਾਲੇ ਸਮੇਂ 'ਚ 1 ਮਹੀਨਾ ਠਹਿਰ ਕੇ ਅਸੀਂ 15 ਪ੍ਰੋਜੈਕਟ ਰਾਸ਼ਨ ਦੇ ਹੋਰ ਲਾਉਣ ਜਾ ਰਹੇ ਹਾਂ। ਉਹ ਜਿਹੜੇ ਗਰੀਬ ਬਸਤੀਆਂ ਹੋਣਗੀਆਂ ਜਿੱਥੇ ਅੱਗੇ ਅਸੀਂ ਨਹੀਂ ਪਹੁੰਚ ਸਕੇ, ਅਸੀਂ ਆਪਣੇ ਇਲਾਕੇ ਵਿੱਚ ਕੋਰੋਨਾ ਦੀ ਮਹਾਂਮਾਰੀ ਦੇ ਵਿੱਚ ਘੱਟੋ ਘੱਟ ਸਾਡੇ ਕਲੱਬ ਨੇ 2,500 ਪੈਕਟ ਲੋਕਾਂ ਨੂੰ ਅਨਾਜ ਦਿੱਤਾ, ਪਰ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਆਪਾਂ ਇਹਨਾਂ ਪਿੰਡਾਂ ਜਿਨ੍ਹਾਂ ਪਿੰਡਾਂ 'ਚ ਆਪਾਂ ਨਹੀਂ ਜਾ ਸਕੇ ਜਿਹੜੇ ਗਰੀਬ ਲੋਕ ਨੇ ਜਿਹੜੇ ਲੋੜਵੰਦ ਸੱਜਣ ਨੇ ਉਹਨਾਂ ਵਾਸਤੇ ਅਸੀਂ 15 ਪ੍ਰੋਜੈਕਟ ਰਾਸ਼ਨ ਦੇ ਲਾਉਣ ਜਾ ਰਹੇ ਹਾਂ। ਇੱਕ ਵੀ ਬੜੀ ਵੱਡੀ ਸਾਡੇ ਕਲੱਬ ਵੱਲੋਂ ਗੱਲ ਹੈ। ਬਾਕੀ ਸਾਡੇ ਕਲੱਬ ਨੇ ਘੱਟੋ ਘੱਟ ਜਿਹੜੇ ਆ ਵਾਟਰ ਕੂਲਰ 10 ਵਾਟਰ ਕੂਲਰ ਕੋਈ ਸਕੂਲਾਂ 'ਚ ਜਾਂ ਸਹੀ ਜਗ੍ਹਾ 'ਤੇ ਜਿੱਥੇ ਲੋਕਾਂ ਨੂੰ ਪਾਣੀ ਦੀ ਲੋੜ ਹੈ ਉਹਨਾਂ ਨੂੰ ਦਿੱਤੇ ਨੇ। ਇੱਕ ਹੋਰ ਆਪਾਂ ਨੂੰ ਫਰਮਾਇਸ਼ ਆਈ ਹੈ, ਧੂਸੀ ਬੰਨ ਦੇ ਕੋਲ ਸਕੂਲ ਹੈ, ਬਹੁਤ ਗਰੀਬ ਬੱਚੇ ਪੜ੍ਹਦੇ ਨੇ, ਆਪਾਂ ਉੱਥੇ ਵੀ ਵਾਟਰ ਕੂਲਰ ਜਲਦੀ ਦੇਣ ਜਾ ਰਹੇ ਹਾਂ। ਬਾਕੀ ਆਪਾਂ 28 ਤਰੀਕ ਨੂੰ ਖੂਨਦਾਨ ਕੈਂਪ ਵੀ ਲਾਉਣ ਜਾ ਰਹੇ ਹਾਂ। ਸਾਡੇ ਵੇਖੋ ਜੀ, ਆਸ ਕਰਦੇ ਹਾਂ ਜਿੱਦਾਂ ਸਾਡੇ ਕਲੱਬ ਦੇ ਮੈਂਬਰ ਸਾਨੂੰ ਸਹਿਯੋਗ ਦੇ ਰਹੇ ਨੇ, ਜਿੱਦਾਂ ਸਾਡੇ ਸਰਦਾਰ ਸਤਪਾਲ ਸਿੰਘ ਸਰਪੰਚ ਜੱਬੋਵਾਲ ਸਾਡੇ ਸਿਰ 'ਤੇ ਉਹਨੂੰ ਹੱਥ ਰੱਖਿਆ, ਆਸ ਕਰਦੇ ਹਾਂ ਅਸੀਂ ਪਿਛਲੇ ਸਾਲ ਨੂੰ ਵੱਧ ਪ੍ਰੋਜੈਕਟ ਲਾ ਕੇ ਸਾਰੇ ਪੰਜਾਬ 'ਚੋਂ ਅਵਲ ਲਾਵਾਂਗੇ। ਤਾਂ ਬਹੁਤ ਵਧੀਆ ਸਿਸਟਮ ਨਾਲ ਕੰਮ ਚੱਲ ਰਿਹਾ। ਬਾਕੀ ਸਾਡੇ ਕਲੱਬ ਦੇ ਮੈਂਬਰ ਬਹੁਤ ਵੱਡੇ ਲੈਵਲ ਦੇ ਸਾਥ ਦਿੰਦੇ ਨੇ, ਸਹਿਯੋਗ ਦੇ ਨਾਲ ਹੀ ਸੇਵਾ ਹੋ ਸਕਦੀ ਹੈ। ਜੇ ਸਹਿਯੋਗ ਦਿਨ ਸਾਰੇ ਤਾਂ ਹੀ ਪਰਮਾਤਮਾ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸਾਡੇ ਕੋਲ ਇੱਦਾਂ ਹੀ ਪੁੰਨ ਦੇ ਕੰਮ ਕਰਾਉਂਦਾ ਰਹੇ, ਅਸੀਂ ਜਿੰਨੇ ਵੀ ਵੱਧ ਤੋਂ ਵੱਧ ਲੋੜਵੰਦ ਬੰਦਿਆਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਆਪਾਂ ਡਾਕਟਰ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਹੈ, ਜੋ ਉਹਨਾਂ ਨੇ ਕੋਰੋਨਾ ਵਿੱਚ ਬਹੁਤ ਹੀ ਵਧੀਆ ਕੰਮ ਕੀਤਾ ਹੈ, ਮੈਂ ਸੇਖੋ ਸਾਹਿਬ, ਡਾਕਟਰ ਸਾਹਿਬ, SM ਸਾਹਿਬ ਅਤੇ ਸਾਰੇ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡਾ ਕੋਰੋਨਾ ਵਿੱਚ ਬਹੁਤ ਵਧੀਆ ਸਾਥ ਦਿੱਤਾ ਹੈ। ਜਦੋਂ ਕੋਈ ਬਾਹਰ ਨਹੀਂ ਨਿਕਲਦਾ ਸੀ ਉਦੋਂ ਡਾਕਟਰ ਹੀ ਬਾਹਰ ਨਿਕਲਦੇ ਸੀ, ਜਦੋਂ ਆਪਾਂ ਕਿਸੇ ਪਿੰਡ ਵਿੱਚ ਜਾਂਦੇ ਸੀ ਤਾਂ ਸਾਰੇ ਅੰਦਰ ਹੀ ਵੜ ਜਾਂਦੇ ਸੀ, ਫਿਰ ਵੀ ਡਾਕਟਰਾਂ ਦੀ ਬਹੁਤ ਬਹਾਦਰੀ ਹੈ ਜਿਨ੍ਹਾਂ ਨੇ ਆਪਣੀ ਕਿੱਟ ਪਾ ਕੇ ਸਾਰਿਆਂ ਦਾ ਹੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦਾ ਸਹਿਯੋਗ ਦਿੱਤਾ ਹੈ। ਅਤੇ ਮੈਂ ਆਪਣੇ ਪੂਰੇ ਡਾਕਟਰਾਂ ਦਾ ਜੋ ਕਿ ਬੇਗਵਾਲ ਸਕੌਰੀ ਹੋਸਪਿਟਲ ਵਿੱਚ ਹਨ, ਧੰਨਵਾਦ ਕਰਦਾ ਹਾਂ। ਅਤੇ ਅੱਗੋਂ ਵੀ ਇਹਨਾਂ ਨੂੰ ਇਹ ਕਹਿੰਦਾ, ਅੱਗੋਂ ਇਹਨਾਂ ਦਾ ਆਪਾਂ ਸਾਥ ਦੇਵਾਂਗੇ, ਸਾਡੇ ਲਾਈਨ ਕਲੱਬ ਇਹਨਾਂ ਨਾਲ ਪੂਰੀ ਤਰ੍ਹਾਂ ਤਿਆਰ ਰਹਿੰਦੀ ਹੈ, ਹਰ ਜਦੋਂ ਵੀ ਸਾਨੂੰ ਇਹ ਕਹਿਣਗੇ ਉਦੋਂ ਹੀ ਆਪਾਂ ਇਹਨਾਂ ਦੇ ਨਾਲ ਜਿੱਥੇ ਵੀ ਕਹਿਣਗੇ ਉੱਥੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।